मैं हरप्रीत सिंह जसोवाल, तुसी वेख रहे हो पंजाब केसरी जगबाणी टीवी। असी गल करन जा रहे हैं खरड़ दे विच, दो चार दिनों दे विच बनी वड्डी सड़क दी। तुहानू दस दईए कि पंजाब दे बने नवे मुख्यमंत्री चरणजीत सिंह चन्नी जिन्हां दे बेटे दा विआह होण जा रहा, तो इस करके जिहड़ी एक 200 फुट की रोड सी पिछले कई सालों तो रोड बन तो रुकी हुई सी, लेकिन पंजाब दे नवे बने मुख्यमंत्री चरणजीत सिंह चन्नी दे बेटे दा विआह इत्थे एक होटल दे विच, अरिस्टा होटल दे विच जिहड़ा शाम दी रिसैप्शन रखी गई है, जिसनूं लै के ये सड़क बनाई गई आ। तो लोगों का कहना कि यह बहुत वधिया गल हुई आ कि भावें विआह दे कारण ही सही, तो यह जिहड़ी सड़क आ हुण बन चुकी है, जिस दे नाल सानूं बहुत ज़्यादा फायदा होण वाला। तुहानूं उत्थे दीआं तस्वीरां भी दिखाउने आ, ते भी दसदे आ कि उस रोड नूं बनण दा मुख कारण सिर्फ ते सिर्फ चरणजीत सिंह चन्नी दे बेटे दा विआह ही मन्निया जा रहा। तो अरिस्टा होटल नूं जांदियां ये तस्वीरां तुसीं वेख सकदे हो, जिस दे विच सारा कुछ विखाई दे रहा कि किस तरह वड्डी मशीनरी अते जिहड़ा प्रशासन सी पब्बां दे भार हो के इस सड़क नूं बना रहा। ये वो सड़क आ जिहड़ी पंजाब दे मुख्यमंत्री चरणजीत सिंह चन्नी दे बेटे दे विआह दी रिसैप्शन दे लई बनाई जा रही है, क्योंकि कई साल तो जिहड़ी ये सड़क बंद सी। कुछ लोग ने जिहड़े इत्थे लगातार इत्थे स्टॉल लगा रहे हैं, तो उन्होंने आपां गल करदे आं। भाई तुहाडा की नाम जी? मेरा रामपाल। रामपाल जी, किन्ना समां हो गया बंद हुई सड़क नूं? हुणे 2-3 साल हो गए। तो हुण फिर दो दिन जी बन गई जी? हुण ਜੋ ਚੰਨੀ ਆ ਮੁੱਖਮੰਤਰੀ ਦੇ ਬੇਟੇ ਦੀ ਉਹ ਸੈਕਸ਼ਨ ਸੀ, ਉਹ ਤਾਂ ਐਲ ਈ ਡੀ ਸੀਗੀ ਰਾਤ। ਹਾਂ ਹਾਂ, ਉਹ ਰਾਤ ਫਿਰ ਉਹ ਕਹਿੰਦੇ ਵੀ ਆਪਣਾ 9-10 ਮਤਲਬ ਚਾਲੂ ਕਰਨੀ ਆ ਇਹ, ਅਤੇ 4-5 ਦਿਨ 'ਚ ਤਿਆਰ ਹੋ ਜਾਣੀ ਆ। 4-5 ਦਿਨ ਪਹਿਲਾਂ ਕਿੰਨੇ ਸਾਲ ਹੋ ਗਏ ਬੰਦ ਸੀ? 2-3 ਸਾਲ ਹੋ ਗਏ। ਅਤੇ ਹੁਣ ਠੀਕ ਲੱਗ ਰਿਹਾ? ਵਧੀਆ ਸੜਕ ਬਣ ਗਈ, ਚਲੋ ਵਿਆਹ ਦੇ ਕਾਰਨ ਸੀ। ਹਾਂ, ਚਾਹੇ ਜੋ ਮਰਜ਼ੀ ਪਰ ਵਧੀਆ ਲੱਗ ਰਿਹਾ, ਸੜਕ ਬਣ ਜਾਵੇ ਵਧੀਆ ਹੋ ਜਾਵੇਗੀ, ਸਾਫ਼ ਸਫਾਈ ਹੋ ਜਾਏਗੀ ਸਾਰੀ। ਠੀਕ ਹੈ ਜੀ, ਥੈਂਕ ਯੂ। ਤੁਸੀਂ ਵੇਖਿਆ ਕਿਸ ਤਰ੍ਹਾਂ ਜਿਹੜੀ ਰੋਡ ਦੇ ਵਿੱਚ ਵੱਡੀ ਮਸ਼ੀਨਰੀ ਲਗਾ ਕੇ ਰੋਡ ਨੂੰ ਜਲਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਜੋ VIP ਮੈਰਿਜ ਆ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੀ ਹੋਣ ਜਾ ਰਹੀ ਆ, ਉਸ ਦੇ ਵਿੱਚ ਬਹੁਤ ਸਾਰੇ ਮੰਤਰੀ, ਬਿਊਰੋਕਰੇਟਸ ਅਤੇ ਹੋਰ ਵੀ ਸ਼ਹਿਰ ਅਤੇ ਇਲਾਕੇ ਦੀਆਂ ਮੁਅੱਜ਼ਜ਼ ਸ਼ਖਸੀਅਤਾਂ ਨੇ ਜਿਹੜੀਆਂ ਹਿੱਸਾ ਲੈਣ ਵਾਲੀਆਂ ਨੇ, ਜਿਸ ਨੂੰ ਲੈ ਕੇ ਇਹ ਰੋਡ ਆ ਜਿਹੜੀ ਬਣਾਈ ਗਈ ਆ, ਜਿਸ ਦੇ ਵਿੱਚ ਤੁਹਾਨੂੰ ਦੱਸੀਏ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਦਿਨ ਰਾਤ ਕੰਮ ਕੀਤਾ ਜਾ ਰਿਹਾ, ਹਾਲਾਂਕਿ ਲੋਕਾਂ ਦਾ ਕਹਿਣਾ ਕਿ ਪਹਿਲਾਂ ਇਹ ਕਈ ਸਾਲ ਤੋਂ ਰੋਡ ਬੰਦ ਪਈ ਸੀ, ਲੇਕਿਨ ਹੁਣ ਆ ਜਿਹੜੀ ਕੁਛ 4-5 ਦਿਨਾਂ ਦੇ ਵਿੱਚ ਹੀ ਇਸ ਰੋਡ ਨੂੰ ਬਣਾ ਦਿੱਤਾ ਗਿਆ। ਸੋ ਜਿਸ ਤੋਂ ਪਤਾ ਲੱਗਦਾ ਕਿ VIP ਕਲਚਰ ਅੱਜ ਵੀ ਸਾਡੇ ਇਸੇ ਤਰ੍ਹਾਂ ਜਿਹੜਾ ਹਾਵੀ ਹੈਗਾ। ਜੇਕਰ ਕਿਸੇ ਮੁੱਖ ਮਹਿਮਾਨ ਦੀ ਗੱਲ ਕਰੀਏ ਜਾਂ ਵੱਡੇ ਕਿਸੇ ਵਿਅਕਤੀ ਦੀ ਗੱਲ ਕਰੀਏ, ਉਸ ਨੂੰ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸਦਾ ਹੱਲ ਆ ਜਿਹੜਾ ਤੁਰੰਤ ਹੋ ਜਾਂਦਾ, ਜਿਸ ਦੀ ਉਦਾਹਰਣ ਅਰਿਸਟਾ ਹੋਟਲ ਦੇ ਵਿੱਚ ਹੋਣ ਜਾ ਰਹੀ ਰਿਸੈਪਸ਼ਨ ਪਾਰਟੀ ਦੇ ਦੌਰਾਨ ਬਣ ਰਹੀ ਸੜਕ ਤੋਂ ਮਿਲ ਜਾਂਦੀ ਹੈ। ਹਰਪ੍ਰੀਤ ਸਿੰਘ ਜਸੋਵਾਲ, ਪੰਜਾਬ ਕੇਸਰੀ, ਜਗਬਾਣੀ TV, ਮੋਹਾਲੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।